ਜਿੱਥੇ ਬਾਰਡਰਾਂ ਦੇ ਕਿਸਾਨ ਬੈਠੇ ਨੇ ਉੱਥੇ ਹੀ ਕਿਸਾਨਾਂ ਦੇ ਸਮਰਥਨ ਦੇ ਲਈ ਪੂਰੇ ਭਾਰਤ ਦਾ ਬੰਦ ਦਾ ਸੱਦਾ ਸੀ ਤਾਂ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਕਿਸਾਨਾਂ ਦੇ ਨਾਲ ਸਫਾਈ ਸੇਵਕ ਵੀ ਧਰਨਾ ਲਾ ਕੇ ਬੈਠੇ ਨੇ, ਕਹਿੰਦੇ ਵੀ ਅਸੀਂ ਵੀ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਤਾਂ ਅੱਜ ਭਾਰਤ ਬੰਦ ਦੇ ਸੱਦੇ ਤਹਿਤ ਆਹ ਦੇਖ ਲਓ ਤੁਸੀਂ ਤਸਵੀਰਾਂ ਜਿਹੜੀਆਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਸਾਫ਼ ਸਾਫ਼ ਬਿਆਨ ਕਰਦੀਆਂ ਕਿ ਕਿਸਾਨ ਦੇ ਨਾਲ ਹਰ ਇੱਕ ਵਰਗ ਜੁੜਿਆ ਹੋਇਆ ਹੈ। 9 ਮਾਸ ਦਾ ਰਿਸ਼ਤਾ ਅੱਜ ਸਾਫ਼ ਨਜ਼ਰ ਆ ਰਿਹਾ ਕਿ ਹਰ ਇੱਕ ਵਰਗ ਕਿਸਾਨਾਂ ਦੇ ਨਾਲ ਖੜ੍ਹਾ ਅਤੇ ਕਿਸਾਨਾਂ ਦੇ ਲਈ ਅੱਜ ਪੂਰਾ ਭਾਰਤ ਬੰਦ ਹੈ। ਜਿੱਥੇ ਬੱਸਾਂ ਬੰਦ ਨੇ, ਚੱਕਾ ਜਾਮ ਹੈ ਹਰ ਇੱਕ ਜਗ੍ਹਾ ਦਾ, ਉੱਥੇ ਹੀ ਸਫਾਈ ਸੇਵਕਾਂ ਨੇ ਵੀ ਇਹ ਗੱਲ ਸਾਫ਼ ਕਰ ਦਿੱਤੀ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਹਾਂ ਅਤੇ ਅਸੀਂ ਵੀ ਅੱਜ ਪੂਰੇ ਸ਼ਹਿਰ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਾ, ਕੰਮ ਕਾਜ ਛੱਡ ਕੇ ਆ ਬੈਠੇ ਹਾਂ ਅਤੇ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਵੀ ਜਿਹੜਾ ਸਾਥ ਹੈ ਉਹ ਇਸੇ ਤਰ੍ਹਾਂ ਨਾਲ ਰਹੂਗਾ। ਗੱਲਬਾਤ ਕਰਦੇ ਹਾਂ ਸਾਡੇ ਨਾਲ ਮੁਲਾਜ਼ਮ ਨੇ, ਕਿਵੇਂ ਦੇਖਦੇ ਹੋ ਅੱਜ ਭਾਰਤ ਬੰਦ ਦੇ ਸੱਦੇ ਤਹਿਤ ਤੁਸੀਂ ਵੀ ਕੰਮ ਛੱਡਤਾ? ਅਸੀਂ ਸਮੂਹ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਜੋ ਹੁਕਮ ਹੋਇਆ ਸੀ ਕਿ ਅਸੀਂ ਸਮਰਥਨ ਦੇ ਵਿੱਚ ਹਾਂ, ਸਫਾਈ ਸੇਵਕ ਯੂਨੀਅਨ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਡਟ ਕੇ ਖੜ੍ਹੇ ਹਾਂ ਜਦੋਂ ਤੱਕ ਇਹਨਾਂ ਦੀਆਂ ਹੱਕੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਸਮੂਹ ਪੰਜਾਬ ਸਫਾਈ ਸੇਵਕ ਯੂਨੀਅਨ ਇਹਨਾਂ ਦੇ ਨਾਲ ਹੈ। ਸਰਕਾਰ ਸੋਚਦੀ ਸੀ ਵੀ ਇਕੱਲੇ ਨੇ ਕਿਸਾਨ, ਤਾਂ ਅੱਜ ਤਾਂ ਪਤਾ ਲੱਗ ਗਿਆ ਹੋਊ ਵੀ ਸਰਕਾਰਾਂ ਨੂੰ ਵੀ ਇਕੱਲੇ ਨਹੀਂ ਹੈਗੇ, ਸਾਰਾ ਵਰਗ। ਉਹਨਾਂ ਦੇ ਸਰਕਾਰਾਂ ਦੇ ਸੋਚਣ ਨਾਲ ਤਾਂ ਨਹੀਂ ਬਣਦਾ ਜੀ ਕੁਛ, ਇਹ ਤਾਂ ਪਬਲਿਕ ਵੀ ਸੋਚੂਗੀ ਅਤੇ ਸਾਰੀਆਂ ਸਮੂਹ ਟ੍ਰੇਡ ਜਥੇਬੰਦੀਆਂ ਨੇ ਜਿਹੜੀਆਂ ਉਹ ਸਾਰੀਆਂ ਸਮੂਹ ਇਹਨਾਂ ਦੇ ਨਾਲ ਨੇ ਜੀ, ਕਿਸਾਨ ਯੂਨੀਅਨ ਦੇ ਨਾਲ ਨੇ। ਵੀ ਜੇ ਅਗਲਾ ਵੀ ਕੋਈ ਸੱਦਾ ਆਉਂਦਾ ਨਾਲ ਅਸੀਂ ਨਾਲ ਖੜ੍ਹੇ ਹਾਂ ਜੀ, ਜੋ ਵੀ ਸਾਡਾ ਸੱਦਾ ਹੋਊਗਾ ਸਫਾਈ ਸੇਵਕ ਯੂਨੀਅਨ ਪੰਜਾਬ ਦਾ। ਉਹ ਤਾਂ ਗੋਲੀਆਂ ਮਾਰੀ ਜਾਂਦੇ ਆ, ਗੋਲੇ ਦਾਗੀ ਜਾਂਦੇ ਆ, ਲੱਗਦਾ ਵੀ ਸਰਕਾਰ ਦਾ ਰਵੱਈਆ ਕਿਹੋ ਜਿਹਾ ਲੱਗਦਾ? ਸਰਕਾਰ ਦਾ ਜਿਹੜਾ ਰਵੱਈਆ ਚੱਲ ਰਿਹਾ ਬਹੁਤ ਗਲਤ ਚੱਲ ਰਿਹਾ। ਜਿਹੜੀ ਜਥੇਬੰਦੀਆਂ ਟ੍ਰੇਡ ਯੂਨੀਅਨ ਜਿਹੜੀ ਇਕੱਠੀ ਹੋ ਰਹੀਆਂ ਨੇ, ਜਿਹੜੀਆਂ ਸਰਕਾਰ ਵੱਲੋਂ ਜਿਹੜੀ ਮੁਲਾਜ਼ਮਾਂ ਦੀਆਂ ਮੰਗਾਂ ਸੀ ਉਹ ਵੀ ਵਿੱਚ ਨੇ, ਜੇ ਇਸੇ ਤਰ੍ਹਾਂ ਸਰਕਾਰ ਨੇ ਸਾਰੀਆਂ ਮੰਗਾਂ ਅਤੇ ਕਿਸਾਨ ਯੂਨੀਅਨ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ। ਅੱਛਾ, ਕਿਵੇਂ ਦੇਖਦੇ ਹੋ ਇੱਕ ਪਾਸੇ ਬਾਰਡਰਾਂ 'ਤੇ ਖੜ੍ਹੇ ਆ ਅਤੇ ਦੂਸਰੇ ਪਾਸੇ ਹੁਣ ਤੁਸੀਂ ਵੀ ਜਾਮ ਕਰਤਾ, ਚੱਕਾ ਜਾਮ ਹੋਇਆ ਪਿਆ? ਬਾਈ ਜੀ ਕੁਛ ਹੀ ਹੋਈ ਚੱਲੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹਿਣਾ। ਜਦੋਂ ਤੱਕ ਕਿਸਾਨ ਮਜ਼ਦੂਰ ਏਕ ਦੇ ਨਾਰੇ ਲੱਗੀ ਜਾਣਗੇ, ਚਾਹੇ ਉਹ ਗੋਲੀਆਂ ਚਲਾਉਣ ਚਾਹੇ ਤੋਪਾ ਚਲਾਉਣ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਡਟ ਕੇ ਖੜ੍ਹੇ ਹਾਂ। ਅੱਜ ਸਾਰਾ ਕੰਮ ਬੰਦ ਕਰਤਾ? ਜਮਾਂ ਸੰਪੂਰਨ ਬੰਦ ਹੈ ਜੀ, ਪੂਰਾ ਪੰਜਾਬ ਬੰਦ ਹੈ। ਅੱਛਾ, ਅਤੇ ਜਦੋਂ ਤੱਕ ਸਾਨੂੰ ਉੱਤੋਂ ਕੋਈ ਕਾਲ ਆਉਂਦੀ ਅਸੀਂ ਬੰਦ ਹੀ ਰੱਖਾਂਗੇ। ਬਿਲਕੁਲ, ਆਹ ਤਸਵੀਰਾਂ ਨੇ ਕਿ ਕਿਸਾਨ ਅਤੇ ਮਜ਼ਦੂਰ ਦਾ ਨਾਰਾ ਜਿਹੜਾ ਹੈ ਉਹ ਪੱਕਾ ਹੋ ਗਿਆ ਅਤੇ ਜਿਹੜਾ 9 ਮਾਸ ਦਾ ਰਿਸ਼ਤਾ ਉਹ ਦਿਖਾਈ ਦੇ ਰਿਹਾ ਇੱਥੇ ਕਿ ਕਿਸਾਨ ਅਤੇ ਮਜ਼ਦੂਰ ਵੱਖ ਨਹੀਂ ਹੈਗੇ, ਕਿਸਾਨਾਂ ਦੇ ਨਾਲ ਮਜ਼ਦੂਰ ਖੜ੍ਹੇ ਨੇ ਅਤੇ ਮਜ਼ਦੂਰਾਂ ਨੇ ਵੀ ਫੈਸਲਾ ਕਰ ਲਿਆ ਕਿ ਹੁਣ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਕਿਸਾਨਾਂ ਦੀਆਂ ਮੰਗਾਂ ਤੱਕ ਅਸੀਂ ਇਹਨਾਂ ਦੇ ਨਾਲ ਖੜ੍ਹੇ ਰਹਾਂਗੇ ਅਤੇ ਸਹਿਯੋਗ ਦਿੰਦੇ ਰਹਾਂਗੇ। ਅਤੇ ਦੇਖਣਾ ਇਹ ਹੈ ਕਿ ਜਿਹੜੀ ਸਰਕਾਰ ਆਪਣੀ ਜਿੱਦ 'ਤੇ ਅੜੀ ਹੋਈ ਹੈ ਉਹ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਕਦੋਂ ਮੰਨਦੀ ਹੈ ਅਤੇ ਕਦੋਂ ਝੁਕਦੀ ਹੈ। ਹੁਣ ਦੇਖਣਾ ਇਹ ਹੈ ਵੀ ਮੀਟਿੰਗ ਤੋਂ ਬਾਅਦ ਕੀ ਹੱਲ ਨਿਕਲਦਾ, ਪਰ ਇਹਨਾਂ ਮਜ਼ਦੂਰਾਂ ਦਾ ਕਿਸਾਨਾਂ ਦਾ ਇੱਕੋ ਹੀ ਗੱਲ ਦਾ ਕਹਿਣਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਸੰਘਰਸ਼ ਹੋਰ ਵੀ ਜ਼ਿਆਦਾ ਤਿੱਖੇ ਹੁੰਦੇ ਰਹਿਣਗੇ। ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ, FOP ਨਿਊਜ਼, ਮਾਨਸਾ।